ਅੰਮ੍ਰਿਤਸਰ ਦੇ ਰਾਮ ਤੀਰਥ ਮੰਦਰ ਤੇ ਪੁਲਿਸ ਦੁਆਰਾ ਜੁੱਤੀ ਲੈ ਕੇ ਅੰਦਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੁਲਿਸ ਅਧਿਕਾਰੀ ਜੁੱਤੇ ਸਮੇਤ ਮੰਦਰ ਅੰਦਰ ਘੁੰਮ ਰਹੇ ਹਨ। ਇਸ ਸੰਬੰਧੀ ਜਗਪ੍ਰੀਤ ਸਿੰਘ DSP ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਕਲੀਅਰ ਨਹੀਂ ਹੈ ਕਿ ਅਧਿਕਾਰੀ ਮੰਦਰ ਦੇ ਅੰਦਰ ਹਨ ਜਾਂ ਬਾਹਰ, ਅਤੇ ਉਹਨਾਂ ਕਿਹਾ ਕਿ ਦੁਕਾਨਦਾਰਾਂ ਦੇ ਝਗੜੇ ਦੇ ਸਬੰਧ ਵਿੱਚ ਪੁਲਿਸ ਉੱਥੇ ਪਹੁੰਚੀ ਸੀ। ਹਾਂ, ਉਹ ਐਕਚੁਲੀ ਹਜੇ ਸਾਨੂੰ ਵੀ ਉਹ ਵੀਡੀਓ ਦੇਖੀ ਆ, ਬਟ ਐਸ ਸੱਚ ਜਿੰਨਾ ਕੁ ਪਤਾ ਕਰਿਆ ਉੱਥੇ ਕੋਈ ਰਾਮ ਤੀਰਥ ਦੇ ਵਿੱਚ ਨਾ, ਉੱਥੇ ਜਿਹੜੀ ਪਰਿਕਰਮਾ ਸਭਾ ਬਣੀ ਆ ਉੱਥੇ ਲੱਗੀਆਂ ਸੀ, ਉਹ ਫਲੀਆਂ ਲੱਗੀਆਂ ਸੀਗੀਆਂ। ਉੱਥੇ ਉਹਨਾਂ ਦਾ ਕੋਈ ਆਪਸ 'ਚ ਤਕਰਾਰ ਹੋ ਰਿਹਾ ਸੀ ਤਾਂ ਉਹ ਯਕਦਮ ਬਾਹਰ ਖੜ੍ਹੇ ਸੀ ਮੁੰਡੇ, ਉਹ ਯਕਦਮ ਆਪਸ 'ਚ ਲੜਾਈ ਨੂੰ ਰੋਕਣ ਲਈ ਉਹਨਾਂ ਨੂੰ ਕਿਸੇ ਨੇ ਆਵਾਜ਼ ਮਾਰ ਲਈ, ਉਹ ਉੱਥੇ ਚਲੇ ਗਏ, ਉੱਥੇ ਚਲੇ ਗਏ ਆਪਣਾ ਉਹ ਮੌਕੇ 'ਤੇ। ਬਟ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਠੀਕ ਨਹੀਂ ਹੈਗਾ, ਉਹ ਨਾਲ ਦੀ ਨਾਲ ਫਿਰ ਉੱਥੋਂ ਵਾਪਸ ਚਲੇ ਗਏ। ਦੇਖੋ ਹੁਣ ਐਗਜੈਕਟਲੀ ਉੱਥੇ, ਕਿਉਂਕਿ ਉਹ ਵੀਡੀਓ 'ਚ ਇਹ ਨਹੀਂ ਨਾ ਦਿਖ ਰਿਹਾ ਵੀ ਕਿਹੜਾ ਪੁਆਇੰਟ ਐਗਜੈਕਟਲੀ ਹੈ ਕਿੱਥੇ ਕਰਕੇ ਆ। ਰਾਮ ਤੀਰਥ ਮੰਦਰ ਤੁਹਾਨੂੰ ਪਤਾ ਰੀਸੈਂਟਲੀ ਨਵਾਂ ਬਣਿਆ, ਹੁਣ ਜਾਂ ਤਾਂ ਕੋਈ ਕੰਪਲੇਂਟ ਸੀ ਪਰਟੀਕੁਲਰਲੀ ਵੀ ਆਹ ਪੁਆਇੰਟ ਆ, ਫਿਰ ਤਾਂ ਆਪਾਂ ਕਰਦੇ। ਸਿਰਫ ਵੀਡੀਓ ਤੋਂ ਇੰਨਾ ਸ਼ੋਅ ਨਹੀਂ ਨਾ ਹੁੰਦਾ ਵੀ ਉਹ ਕਿੱਥੇ ਆ, ਕਿਉਂਕਿ ਇਸ ਤਰ੍ਹਾਂ ਦੀ ਚੀਜ਼ ਬਾਹਰ ਵੀ ਹੈਗੀ ਥੋੜ੍ਹੀ ਜਿਹੀ।